ਤੇ ਸਾਰਾ origignal ਬਈਆ ਪੰਪ ਪੰਪ ਸਾਰਾ ਵਾ origignal ਆ ਵੀਰੇ ਜਿਵੇਂ ਆਇਆ ਕੰਪਨੀ ਚੋਂ ਓਵੇਂ ਹੀ ਆ ਜਿਵੇਂ ਜਮਾ ਸੁੱਕਾ ਪਿਆ ਟਰੈਕਟਰ ਕੱਲਾ ਹਾਲ ਤੇ ਸਾਗ ਗਈ ਆ ਕੱਲਾ ਹਾਲ ਤੇ ਚਹਾਗ ਗਈ ਸਾਗ ਗਈ ਪਾਇਆ ਤੁਸੀਂ ਨਾ ਕੋਈ ਰੂਟਾ ਵੀ ਡਰ ਪਾਇਆ ਨਾ ਕਿਸੇ ਮਸ਼ੀਨ ਮਸ਼ੂਨ ਤੇ ਚੱਲੇ ਨਾ ਜਨਾ ਆਪਣੇ ਕੋਲ ਦੋ ਮਹੀਨੇ ਤੋਂ ਸਸਿਕਾ ਜੀ ਅੱਜ ਫੇਰ ਪਹੁੰਚ ਕੇ ਪਿੰਡ ਕਾਲਸਾ ਜ਼ਿਲ੍ਹਾ ਲੁਧਿਆਣਾ ਛੋਡੇ ਵਾਸਤੇ ਇੱਕ ਨਗੀਨਾ ਦਿਖਾਉਣ ਕੀ ਨੇ ਕੀਨਾ ਹੈਗਾ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਘਰੇ ਖੜਾ ਟਰੈਕਟਰ ਬਕਾਊ ਆ ਇੱਕ ਤੁਹਾਨੂੰ ਉਹ ਵੀ ਦੱਸਾਂਗੇ ਕਿਹੜਾ ਟਰੈਕਟਰ ਆ ਤੇ ਪਿੰਡ ਕਾਲਸਾ ਜ਼ਿਲ੍ਹਾ ਲੁਧਿਆਣਾ ਰੈਕੋਟ ਤੋਂ 10 ਕਿਲੋਮੀਟਰ ਦੂਰ ਆ ਤੇ ਮਹਿਲਕਲਾ ਤੋਂ ਵੀ 7-8 ਕਿਲੋਮੀਟਰ ਦੂਰ ਆ ਜਾਨੀ ਕਿ ਦੋਨੇ ਸ਼ਹਿਰਾਂ ਦੇ ਵਿਚਾਲੇ ਪਿੰਡ ਪੈ ਜਾਂਦਾ ਕਾਲਸਾ ਤੇ ਆਪਾਂ ਪਹਿਲਾਂ ਮਿਲਦੇ ਆ ਬਾਈ ਜੀ ਨਾਲ ਤੇ ਸਸੀ ਦਾ ਬਾਈ ਜੀ ਸਸਰੇ ਕਾਲ ਤੇ ਪਹਿਲਾਂ ਤੁਹਾਡਾ ਨਾਮ ਕੀ ਕਹੋਦਾ ਨਾਮ ਹਰਦੀਾਲ ਸਿੰਘ ਆ ਜੀ ਨਾਮ ਤੁਹਾਡਾ ਹਰਦੀਾਲ ਸਿੰਘ ਆ ਤੇ ਆਹ ਟਰੈਕਟਰ ਆਪਣਾ ਬਕਾਊ ਕਰਿਆ ਹੋਇਆ ਸਵਰਾਜ 855 ਹਾਂ ਜੀ ਇਹ ਕਿੰਨਾ ਮਾਡਲ ਆ ਬਈ ਇਹ 2001 ਆ ਜੀ 2001 ਮਾਡਲ ਆ ਕਲੋਸ ਕਰ ਇੰਜਨ ਹੈ ਨਾ ਇਹ ਹਾਂ ਜੀ ਹਾਂ ਜਿਹੜਾ ਪੂਨੇ ਚ ਬਣਦਾ ਕਲੋਸ ਕਰੋ ਹਾਂ ਕਲੋਸ ਕਰੋ ਹੀ ਹੈ ਕਲੋਸ ਕਰੋ ਹੀ ਆ ਤੇ ਸਾਰਾ オリジナル ਬਈਆ ਪੰਪ ਪੰਪ ਇਹ ਸਾਰਾ ਵਾ オリジナル ਆ ਵੀਰੇ ਜਿਵੇਂ ਆਇਆ ਕੰਪਨੀ ਚੋਂ ਉਵੇਂ ਹੀ ਆ ਜਿਵੇਂ ਆਇਆ ਉਵੇਂ ਹੀ ਆ ਪੰਪ ਵਗੈਰਾ ਜਿੰਨੇ ਆਪਣੇ ਲਿਫਟ ਪੰਪ ਚ ਹੈ ਡੀਜ਼ਲ ਪੰਪ ਸਾਰਾ オリジナル ਹੈ ਹਾਂ ਸਾਰਾ ਅਮ ਜੇ ਆਪਾਂ ਚਾਬੀ ਨਹੀਂ ਲਾਈ ਚਾਬੀ ਨਹੀਂ ਲਾਈ ਤੇ ਆਪਾਂ ਵਿੱਚੋਂ ਵੀ ਮਾੜੀ ਜੀ ਕੰਡੀਸ਼ਨ ਦਿਖਾ ਦਨੇ ਆ ਖੋਲ ਕੇ ਲੋ ਜਮਾ ਸੁੱਕਾ ਪਿਆ ਟਰੈਕਟਰ ਤੇ ਮਾਡਲ ਹੈਗਾ 2001 ਹਾਂਜੀ ਤੇ ਬਈ ਤੁਸੀਂ ਇਹ ਮਤਲਬ ਜਿਹੜਾ ਟਰੈਕਟਰ ਆ ਕਿੰਨੀ ਖੇਤੀ ਤੇ ਚਲਾਇਆ ਹੋਇਆ ਇਹ 7 ਕਿੱਲਾਂ ਚੱਲਿਆ ਹੋਇਆ ਹੈ ਆਪਣੇ ਘਰ ਦੇ ਮਤਲਬ 7 ਕਿੱਲੇ ਆਪਣੇ ਘਰ ਦੇ ਖੇਤੀ ਚੱਲਿਆ ਹੋਇਆ ਕੋਈ ਰੋਟਾਵੇਟਰ ਨਹੀਂ ਪਾਇਆ ਇਹਦੇ ਮਗਰ ਹੋਰ ਕੁਝ ਨਹੀਂ ਪਈ ਵੀ ਚੀਜ਼ ਇਕੱਲਾ ਹਲ ਤੇ ਸਾਗ ਗਈ ਆ ਇਕੱਲਾ ਹਲ ਤੇ ਚਾਗ ਗਈ ਸਾਗ ਗਈ ਪਾਇਆ ਤੁਸੀਂ ਨਾ ਕੋਈ ਰੋਟਾਵੇਟਰ ਪਾਇਆ ਨਾ ਕਿਸੇ ਮਸ਼ੀਨ ਮਸੂਨ ਤੇ ਚੱਲਿਆ ਨਾ ਜੀ ਨਾ ਆਪਣੇ ਕੋਲ ਹੈ ਹੀ ਨਹੀਂ ਨਾ ਰੋਟਾਵੇਟਰਾਂ ਨਾ ਮਸ਼ੀਨ ਠੀਕ ਹੈ ਜੀ ਤੇ ਜੇ ਆਪਾਂ ਟਾਇਰਾਂ ਦੀ ਕੰਡੀਸ਼ਨ ਗੱਲ ਕਰ ਲਈ ਕਰੀਏ ਹੈਗੇ ਨੇ 80 ਤੋਂ 85% 80 80% ਹੈਗੇ ਜੀ ਤੇ ਇਹਦੀ ਆਪਣੇ ਰਿੰਬਾਂ ਦੀ ਕੰਡੀਸ਼ਨ ਪੂਰੀ ਸਾਫ਼ ਆ ਮਗਰਾਟਾਂ ਦੇ ਵਿੱਚੋਂ ਵੀ ਪੂਰਾ ਚੰਗਾ ਤੇ ਪਿੱਛੋਂ ਵੀ ਜਿਵੇਂ ਕਹਿੰਦੇ ਸੀ ਵੀ ਆਪਾਂ ਕੰਡੀਸ਼ਨ ਦਿਖਾ ਦੰਨੇ ਆ ਦੇਨ ਵਿੱਚੋਂ ਵੀ ਮਗਰਾਡ ਚੈੱਕ ਕਰਾ ਦੇ ਆ ਸਾਰੀਆਂ ਲਿੰਕਾਂ ਵਗੈਰਾ ਤੁਸੀਂ ਸਾਰੀਆਂ ਚੈੱਕ ਕਰ ਲਓ ਸਤਰੀ ਵਗੈਰਾ ਚੰਗੀ ਲੱਗੀ ਹੋਈ ਆ ਡਿੱਕ ਵੀ ਜਿਹੜਾ ਆਪਣਾ ਡਿੱਕ ਨਾਲ ਲੱਗਾ ਹੋਇਆ ਨਾਲ ਹੀ ਦੇ ਦੇ ਨਾਲ ਹੀ ਦੇ ਦਾਂਗੇ ਜੀ ਤੇ ਛੋੜਾ ਪਿੰਡ ਪਈ ਜਾਂਦਾ ਕਾਲਸਾ ਆ ਕਾਲਸਾ ਰਾਏਕੋਟ ਦੇ ਨਾਲ ਜੀ ਰਾਏਕੋਟ ਦੇ ਨਾਲ ਰਾਏਕੋਟ ਤੋਂ 10 ਕਿਲੋਮੀਟਰ ਤੇ ਜੀ ਹੁਣ ਇਹਦੀ ਆਪਾਂ ਡਿਮਾਂਡ ਦੀ ਗੱਲ ਕਰੀਏ ਪਹਿਲਾਂ ਤੇ ਹੁਣ ਡਿਮਾਂਡ ਦੱਸ ਦਿਓ ਕਿੰਨੀ ਆ ਤੁਹਾਡੀ ਡਿਮਾਂਡ ਹੈਗੀ 270 ਜੀ 2 ਲੱਖ 70 ਹਜ਼ਾਰ ਰੁਪਏ ਤੁਹਾਡੀ ਡਿਮਾਂਡ ਆ ਹਾਂਜੀ ਹਾਂਜੀ ਮੌਕੇ ਤੇ ਕਿੰਨੇ ਦਾ ਦੇ ਦੇ ਮੌਕੇ ਦੇ ਘੱਟ ਕਰ ਲਾਂਗੇ ਜੀ 260 ਦਾ ਦੇ ਦਾਂਗੇ ਲੋ ਵੀ ਸੱਜਣੋ 260 ਦਾ ਬਣ ਜੂਗਾ ਤੇ ਜਿਹੜਾ ਮੌਕੇ ਇਹਦੇ ਵਿੱਚੋਂ ਵੀ ਮਾਨਤਾ ਆਣਾ ਜਿਹੜਾ ਉਹ ਵੀ ਹੋ ਜੂਗਾ ਤੇ ਇੱਕ ਵਾਰੀ ਇਹਨੂੰ ਸਟਾਰਟ ਕਰਕੇ ਦਿਖਾ ਦੋ ਹਾਂਜੀ ਲੋ ਵੀ ਸੱਜਣੋ ਤੁਹਾਨੂੰ ਸਟਾਰਟ ਕਰਕੇ ਵੀ ਦਿਖਾਤਾ ਲੋ ਜਿੰਨਾ ਨਹੀਂ ਵੀ ਲੈਣਾ ਸਵਰਾਜ 855 2001 ਮਾਡਲ ਆ 2,60,000 ਦੇ ਵਿੱਚ ਬਣ ਜੂ ਪਿੰਡ ਕਾਲਸਾ ਤੇ ਕਿ ਜਿਹੜਾ ਤੁਹਾਡਾ ਮੋਬਾਈਲ ਨੰਬਰ ਆ ਉਹ ਦੱਸ ਦਿਓ ਜੀ 9465047310 ਤੇ ਬਾਕੀ ਜਿਹੜਾ ਬਾਈ ਹੁਣਾਂ ਦਾ ਮੋਬਾਈਲ ਨੰਬਰ ਆ ਉਹ ਟੈਟ ਚ ਚੱਲੀ ਜਾਂਦਾ ਤਾਂ ਕਰ ਲਿਓ ਸੰਪਰਕ ਜਿੰਨਾਂ ਨੇ ਲੈਣਾ ਸਵਰਾਜ 855 ਧੰਨਵਾਦ ਮਿਹਰਬਾਨੀ